ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ ਅਤੇ ਨਾਲ ਦੀ ਨਾਲ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ ਘਰਾਂ 'ਚ ਰੇਡੀਓ ਸੈਟਸ 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 26 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਕਮਰਸ਼ੀਅਲ ਲਾਈਫ ਇੰਸ਼ੋਰੈਂਸ, ਆਟੋ, ਹੋਮ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੀ, ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ, ਲੋਵਿਸ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਮਹਿੰਦਰ ਧਾਲੀਵਾਲ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਅਤੇ ਹੋਰ ਮੇਕ ਮਾਡਲਸ ਦੇ ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ, ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-7076-98 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ, ਬਹੁਤ ਹੀ ਮਾੜੀ ਖਬਰ ਆ ਰਹੀ ਆ ਕੋਲੋਰਾਡੋ ਤੋਂ। ਕੋਲੋਰਾਡੋ ਦੇ ਵਿੱਚ ਹਾਈਵੇ I-70 ਜਿਹੜਾ ਹੈਗਾ, ਉੱਥੇ ਇੱਕ ਜਿਹੜਾ ਬੰਦਾ ਆ ਸਪੈਨਿਸ਼ ਮੂਲ ਦਾ, ਜਿਸ ਦਾ ਨਾਂ ਉਹਨਾਂ ਨੇ ਦੱਸਿਆ ਰੋਜਲ ਲਜ਼ਾਰੋ ਐਗੁਲਰਾ, ਉਹ ਟਰੱਕ ਚਲਾ ਰਿਹਾ ਸੀ ਜਦੋਂ ਡਾਊਨ ਦਾ ਹਿੱਲ, ਉੱਥੇ ਟ੍ਰੈਫਿਕ ਬੜਾ ਸਲੋ ਸੀ ਅਤੇ ਸਾਰੀਆਂ ਉਸਨੇ ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ ਜਿਹੜਾ ਟਰੱਕ ਆਪਣਾ ਮਾਰ ਦਿੱਤਾ, ਜਿਹਦੇ ਨਾਲ ਕਾਫੀ ਲੋਕਾਂ ਦੀ, 4 ਤੋਂ ਵੱਧ ਲੋਕਾਂ ਦੀ ਕਹਿੰਦੇ ਮੌਤ ਹੋ ਗਈ ਆ, ਬਹੁਤ ਵੱਡੀ ਗਿਣਤੀ 'ਚ ਲੋਕ ਫੱਟੜ ਹੋਏ ਹੈਗੇ ਆ, 24 ਕਾਰਾਂ ਨੂੰ ਅੱਗਾਂ ਲੱਗ ਗਈਆਂ, 4 ਸੈਮੀ ਟਰੱਕ ਜਿਹੜੇ ਆ ਉਹ ਜਿਹਦਾ ਉਹਦੇ ਵਿੱਚ ਡੈਮੇਜ ਹੋਏ, ਉਹਨਾਂ ਨੂੰ ਅੱਗ ਵੀ ਲੱਗੀ ਹੈਗੀ ਆ, ਅਤੇ ਪੂਰੀ ਤਰ੍ਹਾਂ ਜਿਹੜਾ I-70 ਆ ਉਹ ਬੰਦ ਕੀਤਾ ਹੋਇਆ ਹੈਗਾ ਆ। ਬਿਲਕੁਲ, ਡੈਨਵਰ ਦੇ ਵੈਸਟਰਨ ਐਜ ਵਾਲੇ ਪਾਸੇ ਜਿਹੜਾ ਇਹ ਘਟਨਾ, ਹਾਦਸਾ ਜਿਹੜਾ ਵਾਪਰਿਆ, ਅਤੇ ਬਹੁਤ ਜ਼ਿਆਦਾ ਇਸ ਟਾਈਮ ਉੱਥੇ ਜਿਹੜੇ ਹਾਲਾਤ ਮਾੜੇ ਨੇ, ਅਤੇ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ 24 ਕਾਰਾਂ, 4 ਜਿਹੜੇ ਸੈਮੀ ਟਰੱਕਸ ਆ ਉਹਨਾਂ ਦਾ ਐਕਸੀਡੈਂਟ ਹੋਇਆ, ਮਲਟੀਪਲ ਫੈਟੈਲਿਟੀਜ਼ ਜਿਹੜੀਆਂ ਦੱਸੀਆਂ ਜਾ ਰਹੀਆਂ ਆ, ਜਿੱਦਾਂ ਤੁਸੀਂ ਦੱਸ ਰਹੇ ਵੀ 4 ਜਣੇ ਜਿਹੜੇ ਦੱਸ ਰਹੇ ਆ, ਅਤੇ 6 ਕਹਿੰਦੇ ਲੋਕਾਂ ਨੂੰ ਉੱਥੇ ਹਸਪਤਾਲ ਦੇ ਵਿੱਚ ਤੁਰੰਤ ਲੈ ਕੇ ਗਏ ਨੇ, ਜਿਨ੍ਹਾਂ ਵਿੱਚ ਉਸ ਸੈਮੀ ਟਰੱਕ ਜਿਹੜਾ ਡਰਾਈਵਰ ਉਹ ਵੀ ਸੀਗਾ। ਸੋ ਕਈਆਂ ਦੇ ਮਾਈਨਰ ਇੰਜਰੀਜ਼ ਆ, ਕਈਆਂ ਦੇ ਜਿਹੜੇ ਬਹੁਤ ਮੇਜਰ ਇੰਜਰੀਜ਼ ਹੈਗੀਆਂ ਆ, ਅਤੇ ਇਸ ਟਾਈਮ ਇਸ ਬੰਦੇ ਨੂੰ ਜਿਸਨੇ ਟਰੱਕ ਉਹ ਲੈ ਕੇ ਆ ਰਿਹਾ ਸੀ, ਜਿਸ ਦੇ ਕੋਲ ਇਹ ਹਾਦਸਾ ਹੋਇਆ ਆ, ਉਸ ਦੇ ਉੱਤੇ ਮਲਟੀਪਲ ਕਾਊਂਟਸ ਆਫ ਵਹੀਕਲ ਹੋਮਿਸਾਈਡ, ਮੈਨਸਲੋਟਰ ਤੋਂ ਹੋਮਿਸਾਈਡ ਦੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਗਏ ਨੇ। ਸੋ ਕਈ ਥਾਵਾਂ 'ਤੇ ਉਸਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਗਿਆ, ਅਤੇ ਕਈ ਰਿਪੋਰਟਾਂ ਦੇ ਵਿੱਚ ਅਜੇ ਵੀ ਜਿਹੜਾ ਉਸਦਾ ਨਾਮ ਆ ਉਹ ਨਸ਼ਰ ਨਹੀਂ ਸੀ ਕੀਤਾ ਗਿਆ। ਜਾਂਚ ਤਾਂ ਡੈਫੀਨੇਟਲੀ ਜਿਹੜੀ ਅਸੀਂ ਉਹ ਨਾਲ ਦੇ ਨਾਲ ਜਿਹੜੀ ਉੱਥੇ ਸ਼ੁਰੂ ਹੋ ਚੁੱਕੀ ਆ, ਪਰ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਆ I-70 ਤੋਂ ਜਿਹੜੀ ਆ ਰਹੀ ਆ। ਸੋ ਜਿਹੜੇ ਟਰੱਕਰਜ਼ ਉੱਧਰਲੇ ਪਾਸੇ ਜਾ ਰਹੇ ਹੋਣਗੇ ਉਸਦੇ ਇਰਦ ਗਿਰਦ ਹੋਣਗੇ, ਤੁਹਾਨੂੰ ਕਾਫੀ ਜਿਹੜੇ ਡਿਲੇਜ਼ ਦਾ ਸਾਹਮਣਾ ਉੱਥੇ ਜੀ, ਉਹ ਕਹਿੰਦੇ ਅਵੋਇਡ ਹੀ ਕਰੋ I-70 ਉੱਥੋਂ ਜਿਹੜੀ ਉੱਥੇ ਦੇ ਹਾਈਵੇ ਪੈਟਰੋਲ ਆ ਜੀ ਜੀ। ਸੋ ਧਿਆਨ ਦੇ ਨਾਲ ਉੱਧਰੋਂ ਜਿੰਨੇ ਵੀ ਜਾਣਾ ਕੋਈ ਡੀਟੋਵਰ ਦੇਖ ਲਓ ਵੀ ਕਿਹੜੇ ਪਾਸੋਂ ਦੀ ਜਾਇਆ ਜਾ ਸਕਦਾ ਹੈ ਜੀ। ਅਗਲੀ ਹੋਰ ਵੱਲ ਚੱਲੀਏ, ਕਹਿੰਦੇ ਰਸ਼ੀਅਨ ਏਜੰਟ ਮਰੀਆ ਬੋਟੀਨਾ ਜਿਹੜੀ ਆ ਉਹਨੂੰ 18 ਮਹੀਨੇ ਦੀ ਸਜ਼ਾ ਦਿੱਤੀ ਗਈ ਆ ਕੌਨਸਪਿਰੇਸੀ ਚਾਰਜਸ ਦੇ ਵਿੱਚ। 2016 ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਉਹਦੇ ਦੌਰਾਨ ਕਹਿੰਦੇ ਉਸ ਨੇ ਜਿਹੜਾ ਕੰਜ਼ਰਵੇਟਿਵ ਪੋਲੀਟੀਕਲ ਸਰਕਲ ਸੀਗੇ ਉਹਨਾਂ ਦੇ ਵਿੱਚ ਬਣਨ ਦੀ, ਇਨਫਿਲਟਰੇਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀਗੀ ਤਾਂ ਕਿ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਦੇ ਉੱਤੇ ਅਸਰ ਪਾਇਆ ਜਾ ਸਕੇ। ਅਤੇ 30 ਸਾਲਾਂ ਦੀ ਗਨ ਰਾਈਟਸ ਐਕਟਿਵਿਸਟ ਹੈਗੀ ਆ, ਕਹਿੰਦੇ ਵੀ ਇਹ ਇਸ ਨੂੰ ਜਿਹੜੀ ਆ ਰਸ਼ੀਅਨ ਮੂਲ ਦੀ ਆ 18 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। ਜੁਲਾਈ ਦੇ ਵਿੱਚ ਇਸ ਨੂੰ ਗ੍ਰਿਫਤਾਰ ਹਰਜੋਤ ਸਿੰਘ ਜੀ ਕੀਤਾ ਗਿਆ ਸੀਗਾ, ਅਤੇ ਇਹਨੇ NRA ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦੇ ਜਿਹੜੇ ਟੌਪ ਦੇ ਲੀਡਰਸ ਆ ਉਹਨਾਂ ਦੇ ਨਾਲ ਨਜ਼ਦੀਕੀਆਂ ਬਣਾ ਕੇ ਕਿਸੇ ਤਰੀਕੇ ਦੇ ਨਾਲ ਕਹਿ ਲਓ ਵੀ ਫੇਵਰਿਜ਼ਮ ਲੈਣ ਦੀ ਜਿਹੜੀ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਤੁਸੀਂ ਇੱਕ ਪੱਖ ਨੂੰ ਜਿਹੜੀ ਵੋਟ ਪਾਓ, ਜਿਸ ਦਾ ਸਭ ਨੂੰ ਹੀ ਪਤਾ ਹੈ ਵੀ ਜਿਹੜੇ NRA ਵਾਲੇ ਆ ਹਮੇਸ਼ਾ ਰਿਪਬਲਿਕਨ ਵਾਲੇ ਪੱਖ ਦੇ ਵਿੱਚ ਆ। ਸੋ ਉਹ ਹੋਰ ਤਰੀਕੇ ਦੇ ਨਾਲ ਉਹਨਾਂ ਦੀਆਂ ਚੀਜ਼ਾਂ ਦੇ ਵਿੱਚ ਘੁਸਪੈਠ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਸੀ, ਅਤੇ ਇਹ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ
ਇਸ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀ ਉਹਦੇ ਉੱਤੇ ਚਾਰਜ ਲਾਏ ਸੀ ਅਤੇ ਹੁਣ ਇਸ ਨੂੰ 1.5 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈਗੀ ਆ। ਸੋ ਅਜੇ ਵੀ ਦੇਖੋ ਹਰਜੋਤ ਸਿੰਘ ਜੀ ਉਸ ਮਿਊਲਰ ਇਨਵੈਸਟੀਗੇਸ਼ਨ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਫੋਰਨ ਏਜੰਟਸ ਕਿਸ ਤਰੀਕੇ ਦੇ ਨਾਲ ਅਮਰੀਕਾ 'ਚ ਆ ਕੇ ਇੱਥੇ ਦੀਆਂ ਇਲੈਕਸ਼ਨ ਦੇ ਵਿੱਚ ਮੈਡਲਿੰਗ ਇੱਥੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਦੇ ਬਾਬਤ ਸਜ਼ਾਵਾਂ ਹੋ ਰਹੀਆਂ ਆ। ਸੋ ਇਹ ਚਰਚਾਵਾਂ ਜਿਹੜੀਆਂ ਆ ਇਹ ਛੁੱਟਣੀਆਂ ਨਹੀਂ, ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਅਹੁਦੇ ਦੇ ਵਿੱਚ ਜਿੰਨਾ ਚਿਰ ਉਹਨਾਂ ਨੇ ਰਹਿਣਾ ਆ ਇਹ ਚਰਚਾਵਾਂ ਹਮੇਸ਼ਾ ਹੀ ਚੱਲਦੀਆਂ ਰਹਿਣਗੀਆਂ। ਅਗਲੀ ਖਬਰ ਵਿੱਚ ਲਈਏ, ਜਿਹੜੇ ਜੋ ਬਾਈਡਨ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਹੁਣ ਜਿਹੜੇ ਇਲੈਕਸ਼ਨ ਕੈਂਪੇਨ ਆ ਉਹਦੇ ਵਿੱਚ ਐਂਟਰ ਕਰ ਗਏ ਹੈਗੇ ਆ, ਅਤੇ ਉਹਨਾਂ ਨੇ ਜਿਹੜੀ ਆ ਬਲੂ ਕਾਲਰ ਵੋਟਰਸ ਹੈਗੇ ਆ, ਮਿਡਲ ਕਲਾਸ ਹੈਗੀ ਆ, ਉਹਨਾਂ ਦੇ ਲਈ ਜਿੱਦਾਂ ਹੱਕ ਦੇ ਵਿੱਚ ਉਹਨਾਂ ਨੇ ਨਾਰਾ ਮਾਰਿਆ ਹੈਗਾ, ਅਤੇ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਉੱਤੇ ਥੋੜ੍ਹੇ ਅਟੈਕ ਵੀ ਕੀਤੇ ਹੈਗੇ ਆ। ਅਤੇ ਉਹ ਪ੍ਰੈਜੀਡੈਂਟ ਟਰੰਪ ਤਾਂ ਅੱਗੇ ਆਲਰੇਡੀ ਰੈਡੀ ਹੈਗੇ ਆ, ਕਹਿੰਦੇ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦੇ ਉਹ ਜਵਾਬ ਦਿੰਦੇ ਹੈਗੇ ਆ। ਪਰ ਇੱਕ ਜ਼ਰੂਰ ਥੋੜ੍ਹੀ ਕੰਟਰੋਵਰਸੀ ਬਣ ਰਹੀ, ਕਿਉਂਕਿ ਜੋ ਬਾਈਡਨ ਦੇ ਜਿਹੜੇ ਸੀਨੀਅਰ ਐਡਵਾਈਜ਼ਰ ਆ ਉਹਨਾਂ ਨੇ ਇੱਕ ਇਹ ਕਾਲੇ ਮੂਲ ਦੀ ਲੇਡੀ ਹੈਗੀ ਆ, ਇਹ ਤੋਂ ਪਹਿਲਾਂ ਇਹ ਬਰਨੀ ਸੈਂਡਰਸ ਦੀ ਵੀ ਐਡਵਾਈਜ਼ਰ ਰਹੀ ਸੀ, ਅਤੇ ਉਸਨੇ ਇੱਕ ਵਾਰ ਬਿਆਨ ਦਿੱਤਾ ਸੀ 2016 'ਚ ਵੀ ਸਾਨੂੰ ਚਿੱਟੇ ਮੂਲ ਦਾ ਬੰਦਾ ਨਹੀਂ ਚਾਹੀਦਾ ਡੈਮੋਕ੍ਰੇਟਿਕ ਪਾਰਟੀ ਨੂੰ ਹੈੱਡ ਕਰਨ ਦੇ ਲਈ, ਜਦੋਂ ਕਿ ਹੁਣ ਫਿਰ ਉਹ ਹੈੱਡ ਜਿਹੜੇ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਾਈਡਨ ਜਿਹੜੇ ਕੈਂਡੀਡੇਟ ਹੈਗੇ ਆ। ਸੋ ਇੱਦਾਂ ਦੇ ਥੋੜ੍ਹੇ ਥੋੜ੍ਹੇ ਇੱਕ ਅਨੀਤਾ ਹਿੱਲ ਵਾਲਾ ਇਸ਼ੂ ਵੀ ਆਇਆ ਹੈਗਾ ਆ, ਉਸ ਟਾਈਮ ਦੇ ਉੱਤੇ ਉਹ ਜੁਡੀਸ਼ੀਅਲ ਕਮੇਟੀ ਦੇ ਚੇਅਰਮੈਨ ਸੀਗੇ, ਕਹਿੰਦੇ ਵੀ ਪਿਛਲੇ ਦਿਨਾਂ 'ਚ ਉਸਨੇ ਮਾਫ਼ੀ ਵੀ ਮੰਗੀ ਹੈਗੀ ਆ ਅਨੀਤਾ ਹਿੱਲ ਤੋਂ, ਜਿਹੜੇ ਕਿ ਪ੍ਰੋਫੈਸਰ ਅਨੀਤਾ ਹਿੱਲ ਜਿਨ੍ਹਾਂ ਨੇ ਕੁਛ ਚਾਰਜਸ ਜਿਹੜੇ ਲਾਏ ਸੀਗੇ ਉਸ ਟਾਈਮ ਦੇ ਉੱਤੇ 1991 ਦੇ ਵਿੱਚ ਜਦੋਂ ਜੱਜ ਕਲੈਰੈਂਸ ਥੋਮਸ ਦੀ ਜਿਹੜੀ ਆ ਹੀਅਰਿੰਗ ਕਨਫਰਮੇਸ਼ਨ ਚੱਲ ਰਹੀ ਸੀ। ਬਿਲਕੁਲ ਜੀ, ਉਹ ਇਸ ਟਾਈਮ ਜਸਟਿਸ ਨੇ ਸੁਪਰੀਮ ਕੋਰਟ ਦੇ। ਸੋ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਪ੍ਰੈਸੀਡੈਂਟ ਜਿਹੜਾ ਉਹ ਜਦੋਂ ਦਾ ਹੋ ਗਿਆ ਸਥਾਪਿਤ ਹੋ ਗਿਆ, ਅਤੇ ਹੁਣ ਬ੍ਰੈਟ ਕੈਵਨਾ ਵੀ ਉਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਇੱਕ ਹੋਰ ਜਿਹੜੀ ਪ੍ਰੋਫੈਸਰ ਉਹਨਾਂ ਉੱਤੇ ਵੀ ਇੱਦਾਂ ਦੇ ਦੋਸ਼ ਲਾਏ ਸੀਗੇ ਜੀ। ਅਤੇ ਸ਼੍ਰੀਲੰਕਾ ਦੇ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਅਧਿਕਾਰਤ ਤੌਰ ਦੇ ਉੱਤੇ ਮਰਨ ਵਾਲਿਆਂ ਦੇ ਆਂਕੜੇ ਦੇ ਵਿੱਚ ਉਹਨਾਂ ਨੇ ਕਟੌਤੀ ਜਿਹੜੀ ਉਹ ਕੀਤੀ ਆ, ਕਹਿੰਦੇ ਤਕਰੀਬਨ 100 ਲੋਕਾਂ ਦਾ ਘੱਟ ਜਿਹੜਾ ਆਂਕੜਾ ਉਹ ਹੁਣ ਦੱਸਿਆ ਜਾ ਰਿਹਾ, ਅਤੇ ਇੱਕ ਟਾਈਮ ਦੇ ਉੱਤੇ ਜਿਹੜੇ 350 ਤੋਂ ਵੱਧ ਲੋਕ ਮਾਰੇ ਗਏ ਦੱਸੇ ਗਏ ਸੀ। ਇਹ ਅਧਿਕਾਰਤ ਤੌਰ ਦੇ ਉੱਤੇ ਸ਼੍ਰੀਲੰਕਾ ਦੇ ਹੈਲਥ ਮਿਨਿਸਟਰੀ ਨੇ ਕਿਹਾ ਵੀ ਇਹ ਆਂਕੜਾ ਇਸ ਟਾਈਮ 253 ਦੇ ਉੱਤੇ ਜਾ ਕੇ ਖੜ੍ਹਾ ਆ। ਅਤੇ ਕੋਲੰਬੋ ਜਿਹੜਾ ਉੱਥੇ ਦੀ ਰਾਜਧਾਨੀ ਹੈਗੀ ਹੈ ਸ਼੍ਰੀਲੰਕਾ ਦੀ, ਉੱਥੇ ਅਤੇ ਹੋਰ ਇਲਾਕਿਆਂ ਦੇ ਵਿੱਚ ਇਸ ਟਾਈਮ ਅਜੇ ਵੀ ਕਹਿ ਲਓ ਵੀ ਅਲਰਟ ਪੂਰੇ ਜਾਰੀ ਨੇ। ਅਤੇ ਕੱਲ੍ਹ ਇਹ ਵੀ ਇੱਕ ਹਰਜੋਤ ਸਿੰਘ ਜੀ ਖਬਰ ਆ ਰਹੀ ਸੀ, ਉੱਥੇ ਵੀ ਇੱਕ ਹੋਰ ਹਮਲਾ ਜਿਹੜਾ ਆ ਕਿਸੇ ਤਰੀਕੇ ਦਾ ਹੋ ਸਕਦਾ ਆ, ਅਤੇ ਨਾਲ ਹੀ ਜਿਹੜਾ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਸੀਗਾ ਇਸ ਪੂਰੇ ਹਮਲੇ ਦਾ, ਉਸ ਦੇ ਮਾਰੇ ਜਾਣ ਦੀ ਖਬਰ ਵੀ ਉੱਧਰੋਂ ਆ ਰਹੀ ਆ ਵੀ ਉਸ ਬੰਦੇ ਨੂੰ ਉਹਨਾਂ ਨੇ ਮਾਰ ਦਿੱਤਾ ਹੈਗਾ ਆ। ਇਹ ਸਾਰਾ ਕੁਛ ਆਇਆ ਆ, ਪਰ ਬਹੁਤ ਹੀ ਖੌਫਨਾਕ, ਬਹੁਤ ਹੀ ਹੌਲਨਾਕ ਜਿਹੜਾ ਇਹ ਖਬਰ ਆਈ ਸੀ ਵੀ ਉੱਥੇ ਜਿਹੜੇ ਆ ਅੱਤਵਾਦੀਆਂ ਨੇ, ਆਈਸਿਸ ਦੇ ਅੱਤਵਾਦੀਆਂ ਨੇ ਈਸਟਰ ਸੰਡੇ ਦੇ ਉੱਤੇ ਜਿਹੜੇ ਕ੍ਰਿਸਚਨ ਸ਼ਰਧਾਲੂ ਆਪੋ ਆਪਣੇ ਜਿਹੜੇ ਗਿਰਜਾਘਰਾਂ ਦੇ ਵਿੱਚ ਚਰਚਿਸ 'ਚ ਗਏ ਸੀ, ਅਤੇ ਜਿਹੜੇ ਹੋਟਲਸ ਦੇ ਵਿੱਚ ਸੀ ਉੱਥੇ ਆਤਮਘਾਤੀ ਬਲਾਸਟ ਕਰਕੇ ਜਿਹੜੇ ਇੰਨੇ ਲੋਕਾਂ ਨੂੰ ਉਦੋਂ ਮਾਰ ਦਿੱਤਾ ਜੀ। ਅਗਲੀ ਖਬਰ ਵਿੱਚ ਚੱਲੀਏ, ਕਹਿੰਦੇ ਵੀ US ਦੇ ਸਦਰਨ ਬਾਰਡਰ ਦੇ ਉੱਤੇ ਪੈਂਟਾਗੋਨ ਵੱਲੋਂ ਇਹ ਕੀਤਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਟਰੀ ਦਾ ਜਿਹੜਾ ਰੋਲ ਹੈਗਾ ਆ ਉਹਨੂੰ ਐਕਸਪੈਂਡ ਕੀਤਾ ਜਾਊਗਾ। ਪਹਿਲਾਂ ਇਹ ਖਬਰਾਂ ਸੀਗੀਆਂ ਵੀ ਜਿਹੜੀ ਮਿਲਟਰੀ ਆ US ਦੀ ਉਹ ਕਿਸੇ ਤਰ੍ਹਾਂ ਜਿਹੜੇ ਕੋਈ ਲੋਕ ਇਲੀਗਲ ਕ੍ਰੋਸ ਕਰਦੇ ਆ ਉਹਨਾਂ ਦੇ ਵਿੱਚ ਨਹੀਂ ਇੰਟਰਫੀਰੈਂਸ ਕਰੇਗੀ, ਉਹ ਆਪਣਾ ਜਿਹੜੇ ਵਾਲ ਬਣਾਉਣੀ ਆ ਜਾਂ ਫੈਂਸ ਲਾਉਣੀ ਆ ਉਹ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨਗੇ। ਪਰ ਕਹਿੰਦੇ ਵੀ ਹੁਣ ਜਿਹੜਾ ਪੈਂਟਾਗੋਨ ਦਾ ਜਿਹੜਾ ਧਿਆਨ ਆ ਉਹ ਮਿਲਟਰੀ ਨੂੰ ਉਸ ਵੱਲ ਵੀ ਜਾ ਰਿਹਾ ਵੀ ਜਿਹੜੇ ਇਲੀਗਲੀ ਕ੍ਰੋਸ ਕਰਦੇ ਆ ਵੀ ਉਹਨਾਂ ਨੂੰ ਫੰਡ ਦੇ ਵਿੱਚ ਵੀ ਜਿਹੜੀ ਆ ਮਿਲਟਰੀ ਉਹਦਾ ਸਾਥ ਦੇਵੇ। 300 ਤੋਂ ਵੱਧ ਟਰੂਪ ਜਿਹੜੇ ਆ ਆਲਰੇਡੀ ਉੱਥੇ ਭੇਜੇ ਜਾ ਚੁੱਕੇ ਹੈਗੇ ਆ। ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਸਾਰੀਆਂ ਨਿਊਜ਼ ਹੈਗੀਆਂ, ਆਪਾਂ ਤੁਹਾਡੇ ਨਾਲ ਜਿਹੜਾ ਪ੍ਰੋਗਰਾਮ ਆ ਸੈਚਰਡੇ ਦਾ ਹੁੰਦਾ ਉਹਦੇ ਵਿੱਚ ਸਾਂਝੀਆਂ ਕਰਾਂਗੇ ਜ਼ਰੂਰ ਜੀ। ਅਗਲੀ ਜਿਹੜੀ ਖਬਰ ਆਪਣੇ ਕੋਲ ਆ ਰਹੀ ਆ ਅਟਲਾਂਟਾ ਤੋਂ, ਉੱਥੇ ਕਹਿੰਦੇ ਅਟਲਾਂਟਾ ਏਰੀਆ ਦੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ 10 ਜਿਹੜੇ ਉੱਥੇ ਦੇ ਵਿਦਿਆਰਥੀ ਆ ਉਹਨਾਂ ਦੇ ਉੱਤੇ BB ਜਾਂ ਪੈਲਟ ਗਨ ਆ ਉਹਨਾਂ ਦੇ ਨਾਲ ਜਿਹੜੀਆਂ ਉੱਦਾਂ ਦੀਆਂ ਜਿਹੜੀਆਂ ਗੋਲੀਆਂ ਆ ਉਹਨਾਂ ਦੇ ਲੱਗੀਆਂ ਆ, ਉਹਨਾਂ ਦੇ ਚੀਜ਼ਾਂ ਜਿਹੜੀਆਂ ਵੱਜੀਆਂ, ਅਤੇ ਨੋਨ ਲਾਈਫ ਥਰੈਟਨਿੰਗ, ਜਾਨ ਨੂੰ ਤਾਂ ਕੋਈ ਖਤਰਾ ਨਹੀਂ ਆ, ਅਤੇ ਇਸ ਟਾਈਮ ਉਹ ਜਾਂਚ ਚੱਲ ਰਹੀ ਆ ਵੀ ਕਿਹੜੇ ਪਾਸੋਂ ਇਹ ਗੋਲੀਆਂ ਜਿਹੜੀਆਂ ਆਈਆਂ ਇਹਨਾਂ ਬੱਚਿਆਂ ਨੂੰ ਜਿਹੜੀਆਂ BB ਗਨਸ ਅਤੇ ਪੈਲਟ ਗਨਸ ਦੇ ਨਾਲ ਮਾਰਿਆ ਗਿਆ ਆ।
ਪੈਲਟ ਗਨ ਜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਤਾਂ ਇਹ ਉਦੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਕਸ਼ਮੀਰ ਦੇ ਵਿੱਚ ਦੇਖਿਆ ਸੀਗਾ ਵੀ ਲੋਕ ਜਿਹੜੇ ਪ੍ਰੋਟੈਸਟ ਕਰਦੇ ਸੀ ਵੀ ਭਾਰਤੀ ਫੌਜੀ ਜਿਹੜੇ ਉਹਨਾਂ ਨੂੰ ਪੈਲਟ ਗਨਸ ਦੇ ਨਾਲ ਮਾਰਦੇ ਸੀ ਅਤੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਆ ਇੰਜਰੀਜ ਲੱਗਦੀਆਂ ਸੀ। ਸੋ ਹੁਣ ਐਲੀਮੈਂਟਰੀ ਸਕੂਲ ਦੇ ਕਿਸੇ ਜਿਹੜੇ ਵਾਈਨ ਬਰੂਕ ਐਲੀਮੈਂਟਰੀ ਥੀਮ ਸਕੂਲ ਸਟੋਨ ਮਾਊਂਟੇਨ ਅਟਲਾਂਟਾ ਦੇ ਸਬਰਬਸ ਦੇ ਵਿੱਚ ਹੈਗਾ ਆ, ਉੱਥੇ ਇਹ ਘਟਨਾ ਵਾਪਰੀ ਆ ਜੀ। ਅਗਲੀ ਖਬਰ ਜਿਹੜੀ ਆ ਨੌਰਥ ਕੋਰੀਆ ਤੋਂ ਆ ਰਹੀ ਆ। ਨੌਰਥ ਕੋਰੀਆ ਦੇ ਵਿੱਚ ਉੱਥੇ ਦੇ ਜਿਹੜੇ ਪ੍ਰੈਜੀਡੈਂਟ ਕਹਿੰਦੇ ਹੈਗੇ ਆ ਕਿਮ ਜੋਂਗ ਉਨ, ਉਹਨਾਂ ਨੇ ਜਦੋਂ ਹੁਣ ਰਸ਼ੀਆ 'ਚ ਗਏ ਸੀ ਅਤੇ ਆਪਣੀ ਜਿਹੜੀ ਉਹਨਾਂ ਦੇ ਕੋਲ ਡੈਮਲਰ ਦੀ ਜਿਹੜੀ ਲਿਮੋਜ਼ੀਨ ਆ, ਆਰਮਡ ਲਿਮੋਜ਼ੀਨ ਕਹਿੰਦੇ ਆ ਵੀ ਉਹ ਵਰਤੀ, ਦੋ ਉਹਨਾਂ ਦੇ ਕੋਲ ਸੀਗੀਆਂ ਅਤੇ ਉਹ ਹੁਣ ਜਿਹੜੀ ਕੰਪਨੀ ਆ ਡੈਮਲਰ ਜਿਹੜੀ, ਉਹ ਬੜੇ ਸਰਪ੍ਰਾਈਜ਼ ਆ ਵੀ ਅਸੀਂ ਤਾਂ ਕਿਸੇ ਤਰ੍ਹਾਂ ਦੀ ਲਿਮੋਜ਼ੀਨ ਉਹਨਾਂ ਨੂੰ ਵੇਚੀ ਨਹੀਂ, ਕਿਉਂਕਿ ਯੂ ਐੱਨ ਸੈਕਸ਼ਨ ਦੇ ਦੌਰਾਨ ਹਜੇ ਵੀ ਚੱਲ ਰਹੀਆਂ ਸੈਂਕਸ਼ਨਸ ਜਿਹੜੀ ਲਗਜ਼ਰੀ ਗੋਡਸ ਆ ਉਹ ਨੌਰਥ ਕੋਰੀਆ ਦੇ ਵਿੱਚ ਵੇਚਣੀਆਂ ਬੰਦ ਕੀਤੀਆਂ ਹੋਈਆਂ ਹੈਗੀਆਂ। ਸੋ ਹੁਣ ਦੇਖੋ ਵੀ ਇਹ ਉਹਨਾਂ ਦੇ ਕੋਲ ਕਹਿੰਦੇ ਵੀ ਇਹ ਲਗਜ਼ਰੀ ਜਿਹੜੀਆਂ ਲਿਮੋਜ਼ੀਨ ਆ ਕਿਸ ਤਰ੍ਹਾਂ ਪਹੁੰਚ ਗਈਆਂ। ਜੀ ਜੀ ਬਿਲਕੁਲ, ਸੋ ਡੈਮਲਰ ਵਾਲੇ ਵੀ ਬੜੇ ਹੈਰਾਨ ਨੇ, ਸਭ ਨੂੰ ਪਤਾ ਕਿੱਦਾਂ ਪਹੁੰਚ ਜਾਂਦੀਆਂ ਅਤੇ ਕਿੱਦਾਂ ਹੁੰਦਾ ਆ ਕਿ ਤੂੰ ਹੋਰ ਜਿਹੜੀ ਉਹਨਾਂ ਨੇ ਚੱਕ ਲਈ ਹੋਣੀ ਆ। ਅਮੈਰੀਕਨ ਏਅਰਲਾਈਨਸ ਨੂੰ ਕਹਿੰਦੇ ਬਹੁਤ ਵੱਡਾ ਜਿਹੜਾ ਇਸ ਟਾਈਮ ਘਾਟਾ ਆ ਉਹ ਪਿਆ ਆ, ਖਾਸ ਕਰਕੇ ਉਹਨਾਂ ਦੇ ਸ਼ੇਅਰਸ ਬੜੇ ਡਾਊਨ ਗਏ ਨੇ ਜਦੋਂ ਤੋਂ ਬੋਇੰਗ ਦਾ 737 MAX 8 ਜਿਹੜਾ ਜਹਾਜ਼ ਆ ਉਹਨਾਂ ਨੂੰ ਗਰਾਊਂਡ ਕੀਤਾ ਗਿਆ ਆ। ਅਮੈਰੀਕਨ ਏਅਰਲਾਈਨਸ ਦੇ ਕੋਲ ਕਾਫੀ ਜ਼ਿਆਦਾ ਜਿਹੜੇ ਇਹ ਜੈਟ ਸੀਗੇ ਅਤੇ ਮਿਡ ਅਗਸਤ ਤੱਕ ਇਸ ਇਹਨਾਂ ਨੂੰ ਗਰਾਊਂਡ ਕਰਕੇ ਰੱਖਿਆ ਹੋਇਆ। ਕਾਰਨ ਉਸਦੇ ਪਿੱਛੇ ਇਹੀ ਆ ਵੀ ਇਹਨਾਂ ਦਾ ਜਿਹੜਾ ਮਕਾਸ ਕਰਕੇ MCAS ਜਿਹੜਾ ਸਿਸਟਮ ਸੀ ਬੋਇੰਗ ਦਾ, ਉਸ ਦੇ ਵਿੱਚ ਕੋਈ ਫੋਲਟੀ ਸੈਂਸਰਸ ਦੇ ਕਰਕੇ ਦੋ ਵੱਡੇ ਕ੍ਰੈਸ਼ ਜਿਹੜੇ ਇੰਡੋਨੇਸ਼ੀਆ ਦੇ ਵਿੱਚ ਇੱਕ ਜਿਹੜਾ ਹੋਇਆ ਸੀ ਅਤੇ ਹੁਣ ਰੀਸੈਂਟਲੀ ਇਥੀਓਪੀਆ ਦੇ ਵਿੱਚ ਜਿਹੜਾ ਹੋਇਆ ਸੀ ਜਿਸ ਦੇ ਵਿੱਚ 350 ਤੋਂ ਵੱਧ ਲੋਕ ਮਾਰੇ ਗਏ ਸੀਗੇ, ਉਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਅਮੈਰੀਕਨ ਏਅਰਲਾਈਨਸ ਨੂੰ ਝੱਲਣਾ ਪੈ ਰਿਹਾ ਆ ਅਤੇ ਹੌਲੀ ਹੌਲੀ ਜਿਹੜੇ ਆ ਕਹਿੰਦੇ ਉਹ ਐਡਜਸਟ ਇਸ ਦੇ ਬਾਬਤ ਕਰਨਗੇ। ਸੋ ਬੋਇੰਗ ਨੇ ਇਹ ਜਿਹੜਾ ਜਹਾਜ਼ ਆ ਏਅਰਬੱਸ ਜਿਹੜਾ A320 ਸੀ ਉਸ ਦੇ ਮੁਕਾਬਲੇ ਜਿਹੜਾ ਲਿਆਂਦਾ ਸੀ ਵੱਡਾ ਇੰਜਣ ਇਹਨਾਂ ਨੇ ਉਹ ਉਸ ਦੇ ਵਿੱਚ ਲਾਇਆ, ਪਰ ਉਸ ਨੂੰ ਠੀਕ ਕਰਨ ਦੇ ਲਈ ਉਹਨਾਂ ਨੇ ਉਹ ਸੈਂਸਰ ਲਾਇਆ ਅਤੇ ਉਹ ਸੈਂਸਰ ਜਿਹੜਾ ਆਟੋਮੈਟਿਕਲੀ ਨੋਜ਼ ਡਾਈਵ ਜਿਹੜਾ ਇਹਨਾਂ ਨੂੰ ਕਰਾ ਰਿਹਾ ਸੀ ਉਸ ਦੇ ਵਿੱਚ ਫਾਲਟ ਹੋਣ ਕਰਕੇ, ਅਤੇ ਉਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਸਭ ਨੂੰ ਹੀ ਪਤਾ ਵੀ ਸਾਹਮਣੇ ਆਈ ਆ। ਬਹੁਤ ਸਾਰੇ ਪਾਇਲਟਸ ਨੇ ਜਦੋਂ ਇਹ ਨਵੇਂ ਜਹਾਜ਼ ਆਏ ਸੀ FAA ਨੂੰ ਇਸ ਦੇ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਵੀ ਭਾਈ ਇੱਦਾਂ ਇਹ ਜਹਾਜ਼ ਕਰਦਾ, ਪਰ ਉਦੋਂ FAA ਨੇ ਜਿਹੜੀ ਆ ਉਹ ਬਹੁਤੀ ਸੁਣੀ ਨਹੀਂ ਅਤੇ ਫਿਰ ਦੋ ਵੱਡੇ ਹਾਦਸਿਆਂ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜੇ ਬੋਇੰਗ ਦੇ ਇਸ ਜਹਾਜ਼ ਨੂੰ ਜਿਹੜਾ ਆ ਉਹ ਗਰਾਊਂਡ ਕੀਤਾ ਗਿਆ। ਅਗਲੀ ਖਬਰ ਬਾਅਦ ਚਲੀਏ। ਕਹਿੰਦੇ ਅੱਜ ਵਾਲਮਾਰਟ ਅਤੇ ਜਿਹੜੇ ਟਾਰਗੇਟ ਆ ਇਹਨਾਂ ਸਟੋਰ ਇਹਨਾਂ ਦੋਨਾਂ ਦੇ ਜਿਹੜੇ ਸ਼ੇਅਰਸ ਆ ਉਹ ਕਾਫੀ ਡਾਊਨ ਗਏ ਹੈਗੇ ਆ। ਵਾਲਮਾਰਟ ਦੇ ਤਾਂ ਕਹਿੰਦੇ ਲਗਭਗ 6% ਟਾਰਗੇਟ ਦੇ 6% ਅਤੇ ਵਾਲਮਾਰਟ ਦੇ 2.5% ਸ਼ੇਅਰ ਜਿਹੜੇ ਡਾਊਨ ਗਏ ਹੈਗੇ ਆ। ਇਹਦਾ ਮੇਨ ਰੀਜ਼ਨ ਇਹ ਦੱਸਿਆ ਗਿਆ ਵੀ ਐਮਾਜ਼ੋਨ ਨੇ ਅੱਜ ਅਨਾਊਂਸ ਕੀਤਾ ਵੀ ਜਿੰਨੇ ਵੀ ਉਹਨਾਂ ਦੇ ਪ੍ਰਾਈਮ ਮੈਂਬਰਸ ਹੈਗੇ ਆ ਉਹਨਾਂ ਨੂੰ ਅਸੀਂ ਸ਼ਿਪਿੰਗ ਜਿਹੜੀ ਆ ਵਿਦ ਇਨ 1 ਡੇ ਦੇ ਵਿੱਚ ਕਰ ਦਾਂਗੇ। ਸੋ ਵਾਲਮਾਰਟ ਅਤੇ ਟਾਰਗੇਟ ਨੂੰ ਇਹ ਜਿਹੜਾ ਇਸ ਸਮੇਂ ਨੂੰ ਇੱਕ ਦਿਨ ਦੇ ਵਿੱਚ ਪਹੁੰਚਾਉਣ ਦੇ ਲੋਕਾਂ ਤੱਕ ਉਹਨਾਂ ਦੇ ਕੋਲ ਇੱਦਾਂ ਦਾ ਹਜੇ ਪ੍ਰੋਗਰਾਮ ਹੈ ਨਹੀਂ, ਇਸ ਕਰਕੇ ਜਿਹੜਾ ਐਮਾਜ਼ੋਨ ਆ ਉਹਨਾਂ ਦੀ ਅਨਾਊਂਸਮੈਂਟ ਦੇ ਨਾਲ ਹੀ ਜਿਹੜਾ ਆ ਇੰਨਾ ਜ਼ਿਆਦਾ ਜਿਹੜੇ ਇਹਨਾਂ ਦੇ ਸ਼ੇਅਰ ਚੱਲ ਗਏ ਆ। ਸਰੋਤਿਆਂ ਨੂੰ ਦੱਸਦੇ ਜਾਈਏ ਕਹਿੰਦੇ 100 ਮਿਲੀਅਨ ਲੋਕ ਜਿਹੜੇ ਆ ਆਲਰੇਡੀ ਐਮਾਜ਼ੋਨ ਦੇ ਪ੍ਰਾਈਮ ਮੈਂਬਰਸ ਬਣੇ ਹੋਏ ਹੈਗੇ ਆ। ਜੀ ਅਗਲੀ ਗੱਲ ਕਰੀਏ, ਬੀਤੇ ਦਿਨਾਂ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ UK ਦੇ ਵਿੱਚ ਉਹ ਜਾ ਰਹੇ ਨੇ, ਉੱਥੇ ਜਾ ਕੇ ਕੁਈਨ ਆ ਉਹਨਾਂ ਨੂੰ ਉਹਨਾਂ ਨੇ ਮੁਲਾਕਾਤ ਕਰਨੀ ਆ ਅਤੇ ਉਹਨਾਂ ਦੇ ਸਨਮਾਨ ਦੇ ਵਿੱਚ ਰੱਖਿਆ ਗਿਆ ਇੱਕ ਸਟੇਟ ਡਿਨਰ ਸੀ। ਉਸ ਦੇ ਵਿੱਚ ਜਿਹੜੇ ਉੱਥੇ ਦੇ ਵਿਰੋਧੀ ਧਿਰ ਦੇ ਨੇਤਾ ਆ ਜਰਮੀ ਕੋਰਬਾਈਨ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਅਤੇ ਜਰਮੀ ਕੋਰਬਾਈਨ ਨੇ ਉਸ ਇਨਵੀਟੇਸ਼ਨ ਨੂੰ ਜਿਹੜਾ ਉਹ ਠੁਕਰਾ ਦਿੱਤਾ। ਉਹ ਕਹਿੰਦੇ ਵੀ ਮੈਂ ਜਿਹੜਾ ਆ US ਦੇ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਨਮਾਨ 'ਚ ਰੱਖਿਆ ਗਿਆ ਇਸ ਡਿਨਰ ਦੇ ਵਿੱਚ ਨਹੀਂ ਜਾਊਂਗਾ ਕਿਉਂਕਿ ਉਹ ਰੇਸਿਸਟ ਅਤੇ ਜਿਹੜਾ ਮਿਸੋਜਿਨਿਸਟ ਜਿਹੜਾ ਉਸਦਾ ਰੈਟੋਰਿਕ ਹੈਗਾ ਜਿਹੜੀਆਂ ਉਸਦੀਆਂ ਗੱਲਾਂ ਆ ਉਹ ਬਿਲਕੁਲ ਮੇਰੇ ਜਿਹੜੇ ਮੇਰੀ ਅਤੇ ਵਿਚਾਰਧਾਰਾ ਦੇ ਨਾਲ ਉਹ ਮਿਲਦੀਆਂ ਨਹੀਂ। ਸੋ ਉਸਦੇ ਨਾਲ ਜਿਹੜਾ ਆ ਖਾਣੇ ਖਾਣ ਤੋਂ ਉਹਨਾਂ ਨੇ ਉਹ ਇਨਕਾਰ ਕਰ ਦਿੱਤਾ ਆ। ਸਭ ਨੂੰ ਪਤਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬ੍ਰੈਕਸਿਟ ਦੇ ਬੜੇ ਹੱਕ ਦੇ ਵਿੱਚ ਸੀਗੇ ਅਤੇ ਹੁਣ ਵੀ ਉਹ ਕਹਿੰਦੇ ਆ ਵੀ ਬ੍ਰੈਕਸਿਟ ਹੋਣਾ ਚਾਹੀਦਾ ਆ ਅਤੇ ਪਰ ਸਭ ਨੂੰ ਪਤਾ ਵੀ ਬ੍ਰੈਕਸਿਟ ਦੇ ਹਾਲ ਇਸ ਟਾਈਮ ਲਿੰਬੋ ਦੇ ਵਿੱਚ ਆ। ਕੋਈ ਉਹਨਾਂ ਨੂੰ ਕੋਈ ਪਤਾ ਨਹੀਂ ਆ ਵੀ ਕਿਹੜੀ ਡੀਲ ਅਤੇ ਕਿੱਦਾਂ ਡੀਲ ਬਣਾ ਕੇ ਜਿਹੜੇ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਉਹ ਵੱਖਰਾ ਆ ਉਹ ਹੋਇਆ ਜਾਊਗਾ। ਸੋ ਉੱਥੇ ਵੀ ਹਾਲਾਤ ਜਿਹੜੇ ਇੱਦਾਂ ਦੇ ਬਣੇ ਪਏ ਆ। ਜਰਮੀ ਕੋਰਬਾਈਨ ਹੋਣੀ ਅਤੇ ਹੋਰ ਬਾਕੀ ਦੇ ਜਿਹੜੇ ਨੇਤਾ ਆ ਉਹ ਵੱਖੋ ਵੱਖਰੀ ਡੀਲਸ ਦੇ ਵਿੱਚ ਵੱਖ ਵੱਖ ਚੀਜ਼ਾਂ ਜਿਹੜੀਆਂ ਉਹ ਚਾਹੁੰਦੇ ਨੇ, ਜਿਸ ਕਰਕੇ ਥਰੀਸਾ ਮੇ ਵੀ ਵਿਚਾਰੀ
ਬੁਰੀ ਤਰ੍ਹਾਂ ਉਸ ਦੇ ਵਿੱਚ ਫਸੀ ਹੋਈ ਹੈ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜਾ ਕਹਿੰਦੇ 2019 ਦਾ ਫਸਟ ਕੁਆਟਰ ਜਿਹੜਾ ਆ ਉਹ ਬਹੁਤ ਹੀ ਵਧੀਆ ਰਿਹਾ USA ਦੇ ਵਿੱਚ ਇਕਨੋਮਿਕ ਪੁਆਇੰਟ ਆਫ ਵਿਊ ਤੋਂ। 2017 ਦੇ ਵਿੱਚ ਜਿਹੜੀ US ਦੀ ਇਕੋਨਮੀ ਹੈਗੀ ਆ 2.2 ਸੀ, 2018 'ਚ ਵੀ ਅੱਪ ਗਈ, ਅਤੇ 2019 ਦੇ ਕਹਿੰਦੇ ਵੀ ਪਹਿਲੇ ਕੁਆਟਰ ਦੇ ਵਿੱਚ ਜਿਹੜੀ ਆ 3.2% ਜਿਹੜੀ ਆ GDP ਰੇਟ ਹੋਇਆ। ਸੋ ਜਿੰਨਾ ਕਹਿੰਦੇ ਐਕਸਪੈਕਟਡ ਸੀ ਉਹ ਤੋਂ ਵੀ ਜਿਹੜਾ ਵੱਧ ਗਿਆ ਹੈ। ਬਿਲਕੁਲ 2.1 ਪ੍ਰੋਜੈਕਟਡ ਜਿਹੜੀ ਸੀਗੀ ਵੀ ਬਿਊਰੋ ਆਫ ਇਕਨੋਮਿਕ ਅਨਾਲਿਸਿਸ ਨੇ ਜਿਹੜਾ ਕੀਤਾ ਸੀਗਾ ਵੀ ਇੰਨੀ ਜ਼ਿਆਦਾ ਇਹ ਵੱਧ ਸਕਦੀ ਹੈ, ਇਕੋਨਮੀ ਗਰੋ ਕਰੂਗੀ, ਪਰ 3.2% ਜਿਹੜਾ ਪਰਸੈਂਟ ਆ ਉਹ ਐਨੂਅਲ ਰੇਟ ਦੇ ਹਿਸਾਬ ਦੇ ਨਾਲ ਉਹ ਵਧੀ ਆ। ਸੋ ਰੀਅਲੀ ਗੁੱਡ ਆ। ਇੱਕ ਜਿਹੜਾ 2018 ਦਾ ਜਿਹੜਾ ਪਹਿਲਾ ਕੁਆਟਰ ਸੀ ਉਸ ਦੇ ਵਿੱਚ ਵੀ, ਦੂਜੇ ਕੁਆਟਰ ਦੇ ਵਿੱਚ ਵੀ ਜਿਹੜਾ ਉਹ ਵਧੀਆ ਕਾਰਜਕਾਰੀ ਜਿਹੜੀ ਰਹੀ ਸੀ, ਉਦੋਂ ਇਸ ਤੋਂ ਵੀ ਜ਼ਿਆਦਾ ਤਕਰੀਬਨ 4% ਤੋਂ ਵੱਧ ਜਿਹੜੀ ਉਦੋਂ ਵਧੀ ਸੀ। ਪਿਛਲੇ ਹੁਣ ਕਈ ਆਪਾਂ ਦੇਖ ਰਹੇ ਹਾਂ ਪਿਛਲੇ ਸਾਲਾਂ ਤੋਂ ਲਗਾਤਾਰ ਜਿਹੜਾ ਇਕੋਨਮੀ ਆ ਉਹ ਗਰੋ ਕਰ ਰਹੀ ਆ। ਪਰ ਇੱਕ ਆਪਾਂ ਖਬਰ ਹਰਜੋਤ ਸਿੰਘ ਜੀ ਕੁਛ ਕੁ ਹਫ਼ਤੇ ਪਹਿਲਾਂ ਜਿਹੜੀ ਉਹ ਸੁਣੀ ਸੀ ਵੀ ਜਿਹੜੀਆਂ ਟੌਪ ਦੀਆਂ 5 ਕੰਪਨੀਆਂ ਦੇ ਵਿੱਚੋਂ ਜਿਹੜੇ 3 CFOs ਆ, ਚੀਫ ਫਾਈਨੈਂਸ਼ੀਅਲ ਆਫਿਸਰਸ ਆ, ਉਹਨਾਂ ਨੂੰ ਇਹ ਖਦਸ਼ਾ ਹੈਗਾ ਆ ਵੀ ਰਿਸੈਸ਼ਨ ਵੀ ਕਿਸੇ ਵੀ ਟਾਈਮ ਆ ਸਕਦਾ। ਲੋਕਾਂ ਦੇ ਮਨਾਂ ਦੇ ਵਿੱਚ ਬੈਕ ਆਫ ਦਾ ਮਾਇੰਡ ਕਹਿ ਲਓ ਵੀ ਇਹ ਇੱਕ ਡਰ ਜਿਹੜਾ ਨਾਲ ਦੇ ਨਾਲ ਹੈਗਾ ਆ ਵੀ ਮਾਰਕੀਟਸ ਅਤੇ ਇਹ ਸਾਰੀਆਂ ਚੀਜ਼ਾਂ ਆ ਇਹ ਕਦੋਂ ਵੀ ਜਿਹੜੀਆਂ ਉਹ ਡਾਊਨ ਜਾ ਸਕਦੀਆਂ ਆ। ਸੋ ਲੈਟਸ ਸੀ ਜਿਹੜਾ ਕੀ ਹੁੰਦਾ ਹੈ, ਅਤੇ ਲੈਟਸ ਹੋਪ ਇੱਦਾਂ ਦੀ ਜਿਹੜਾ ਰਿਸੈਸ਼ਨ ਆ ਉਹ ਨਾ ਹੀ ਆਵੇ। ਪਰ ਸਭ ਨੂੰ ਹੀ ਪਤਾ ਵੀ ਜਿਹੜੀ ਚੀਜ਼ ਤਾਂ ਨੂੰ ਜ਼ਿਆਦਾ ਜਾਂਦੀ ਆ ਉਸਨੇ ਬਾਅਦ 'ਚ ਮੁੜ ਕੇ ਥੱਲੇ ਨੂੰ ਵੀ ਆਉਣਾ ਹੀ ਹੁੰਦਾ। ਇੱਕ ਟਾਈਮ ਦੇ ਉੱਤੇ ਲੈਵਲ ਵੀ ਫੀਲਡ ਨੇ ਜਿਹੜਾ ਉਹ ਲੈਵਲ ਹੋਣਾ ਹੁੰਦਾ ਆ ਜੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਅਤੇ ਜਾਂਦੇ ਜਾਂਦੇ ਊਬਰ ਨਾਲ ਰਿਲੇਟਡ ਜਿਹੜੀ ਖਬਰ ਸਾਂਝੀ ਕਰਦੇ ਜਾਈਏ। ਊਬਰ ਜਿਹੜੀ ਆ ਉਹਦਾ IPO ਹੋਣ ਜਾ ਰਿਹਾ ਹੈਗਾ, ਅਤੇ ਊਬਰ ਨੇ ਕਹਿੰਦੇ ਵੀ ਆਪਣੇ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ $40,000 ਬੋਨਸ ਦੇਣ ਤੱਕ ਦਾ ਜਿਹੜਾ ਵਾਅਦਾ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ April 7 ਤਾਈਂ ਜਿਹੜੇ ਊਬਰ ਦੇ ਡਰਾਈਵਰ ਰਹੇ ਆ, ਜੇ ਕਿਸੇ ਨੇ $20,000 ਲਾਏ ਹੈਗੇ ਆ ਪਿਛਲੇ ਸਮੇਂ 'ਤੇ, ਉਹਨੂੰ $20,000 ਤੱਕ ਦੇ ਜਿਹੜੇ ਦਿੱਤੇ ਜਾਊਗੇ ਸ਼ੇਅਰ, ਅਤੇ ਜੇ ਕਿਸੇ ਨੇ $40,000 ਤੱਕ ਦੇ ਜਿਹੜੇ ਟ੍ਰਿਪਸ ਲਗਾਏ ਹੈਗੇ ਆ ਉਹਨਾਂ ਨੂੰ $40,000 ਤੱਕ ਜਿਹੜਾ ਬੋਨਸ ਜਿਹੜਾ ਇੱਕ ਤਰ੍ਹਾਂ ਨਾਲ ਦਿੱਤਾ ਜਾਊਗਾ। ਅਤੇ ਨਾਲ ਦੀ ਨਾਲ ਇਹ ਆਪਸ਼ਨ ਵੀ ਦਿੱਤੀ ਜਾਊਗੀ ਉਹ ਜਿਹੜੇ ਆ ਊਬਰ ਦੇ ਜਿਹੜੇ ਸ਼ੇਅਰਸ ਆ ਉਹ ਖਰੀਦ ਸਕਣ। ਬਿਲਕੁਲ, ਕਹਿੰਦੇ ਵੀ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ IPO ਜਿਹੜਾ ਆ ਊਬਰ ਦਾ ਇਹ ਹੋ ਸਕਦਾ ਹੈ, ਕਿਉਂਕਿ ਜਿੱਥੋਂ ਤੱਕ ਇਸ ਕੰਪਨੀ ਦੀ ਮਾਰ ਹੈਗੀ ਆ ਹਰਜੋਤ ਸਿੰਘ ਜੀ, ਰਹਿ ਰੱਬ ਦਾ ਨਾਂ ਆ। ਅਤੇ ਇਹ ਕਹਿੰਦੇ ਵੀ ਇੱਕ ਅਜੇ ਇਹਨਾਂ ਨੇ ਫਸਟ ਕੁਆਟਰ ਦੇ ਵਿੱਚ $1 billion ਦਾ ਲੋਸ ਸ਼ੋਅ ਕੀਤਾ ਆ, ਤਾਂ ਵੀ ਜਿਹੜਾ ਕਹਿੰਦੇ ਵੀ IPO ਜਿਹੜਾ ਇਸ ਦਾ ਬਹੁਤ ਵੱਡਾ ਹੋ ਸਕਦਾ। ਇਸ ਦੀ ਇਵੈਲਿਊਏਸ਼ਨ ਤਕਰੀਬਨ $91.5 billion ਦੀ ਆਲਰੇਡੀ ਜਿਹੜੀ ਆ ਉਹ ਕੀਤੀ ਗਈ ਹੋਈ ਆ। ਇਹ ਉਹ ਕੰਪਨੀ ਆ ਜਿਹਨੇ ਇੱਕ ਐਪ ਬਣਾਈ ਜਿਹਦਾ ਆਪਣੇ ਕੋਲ ਕੋਈ ਵੀ ਇਹ ਗੱਡੀ ਨਹੀਂ ਆ ਹੁਣ, ਵੈਸੇ ਉਸ ਫਿਰਾਕ ਦੇ ਵਿੱਚ ਹੈਗੇ ਨੇ ਵੀ ਗੱਡੀਆਂ ਵੀ ਜਿਹੜੀਆਂ ਆਟੋਮੈਟਿਕ ਆ ਡਰਾਈਵਰਲੈਸ ਆ ਉਹਨਾਂ ਨੂੰ ਜਿਹੜਿਓਂ ਬਣਾਇਆ ਜਾਵੇ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣਦਾ ਹੈ ਜਦੋਂ ਹੀ ਇਸ ਦਾ IPO ਹੁੰਦਾ ਆ। ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਦੀ ਗੱਲ ਕਰਦੇ ਜਾਈਏ, ਅਤੇ ਕਹਿੰਦੇ ਵੀ 3 ਕੰਪਨੀ ਬਣ ਗਈ ਆ ਜਿਸਨੇ 1 trillion ਦਾ ਆਂਕੜਾ ਉਹ ਪਾਰ ਕੀਤਾ, ਮਾਈਕਰੋਸੋਫਟ। ਇਸ ਤੋਂ ਪਹਿਲਾਂ ਐਮਾਜ਼ੋਨ ਅਤੇ ਐਪਲ ਜਿਹੜੇ ਆ ਉਹ ਇਹ ਆਂਕੜੇ ਜਿਹੜੀ ਉਹ ਪਾਰ ਕਰ ਚੁੱਕੀ ਹੋਈ ਆ। ਅਤੇ ਇਤਿਹਾਸ ਦੇ ਵਿੱਚ, ਵਿਸ਼ਵ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੇਖਿਆ ਗਿਆ ਆ ਵੀ ਇਹ 3 ਕੰਪਨੀਆਂ ਜਿਹੜੀਆਂ $1 trillion ਦੀਆਂ ਕੰਪਨੀਆਂ ਬਣ ਚੁੱਕੀਆਂ। ਸੋ ਮਾਈਕਰੋਸੋਫਟ ਦਾ ਜਿਹੜਾ ਇੱਕ ਕਲਾਊਡ ਸਰਵਿਸਿਜ਼ ਆ ਉਹਨਾਂ ਦੀਆਂ, ਹੋਰ ਮਾਈਕਰੋਸੋਫਟ ਆਫਿਸਿਜ਼, ਅਤੇ ਉਹ ਸਾਰੀਆਂ ਚੀਜ਼ਾਂ ਕਾਫੀ ਜਿਹੜਾ ਗੁੱਡ ਪ੍ਰਦਰਸ਼ਨ ਉਹਨਾਂ ਨੇ ਕੀਤਾ, ਜਿਸ ਕਰਕੇ ਮਾਈਕਰੋਸੋਫਟ ਮੁੜ ਕੇ ਇੱਕ ਹਿਸਾਬ ਦੇ ਨਾਲ ਐਪਲ ਨੂੰ ਜਿਹੜਾ ਉਹਨਾਂ ਨੇ ਕੰਪੀਟੀਸ਼ਨ ਇਸ ਦੇ ਵਿੱਚ ਦਿੱਤਾ ਆ। ਅਤੇ ਹੁਣ $1 trillion ਦੀ ਉਹਨਾਂ ਦੀ ਇਵੈਲਿਊਏਸ਼ਨ ਜਿਹੜੀ ਹੋਈ ਆ, ਐਪਲ ਦੀ ਜਿਹੜੀ ਕੀਮਤ ਆ ਉਹ ਆਲਰੇਡੀ $1 trillion ਤੋਂ ਹੁਣ ਘਟੀ ਹੋਈ ਹੋਈ ਆ ਜੀ। ਜੀ, ਅਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਥੇ ਜਿਹੜੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਮਾਪਤ ਕਰਦੇ ਹਾਂ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੋਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ।
ਸਕਦੇ ਨੇ। ਸੈਕਰਾਮੈਂਟੋ ਵਿੱਚ 27, 28, 29, 30 ਮਈ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕਵੇ, ਸਵੀਟ 245, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916-573-4405, 916-573-4405।